ये जेडे कुल्लड़ बीचे वाले खच ने इन्हां ने जान बुझ के पोर्न वीडियो बनाई ते जान बुझ के ओ वीडियो वायरल कीती। क्यों कीती? क्योंकि व्यूअर दा चक्कर सीगा, बिग बॉस दे जान दा चक्कर सीगा। एक खच्चा करके 20 दिन जेल दे विच कट के आईयां ने, जदों की सोचण वाली गल ए आ वी 2 महीने हो गए करणवीर, 2 महीने दे विच हजे तक पुलिस ने इनक्वायरी नहीं कीती। मतलब केड़े तथ्यां नूं तुहानूं लगदा कि इन्हां ने आप ही गोपी नूं कह रहा, गोपी कैसा लग रहा है, वह भी गोपी ओनू कह रही है शट अप, ओनू यह नहीं कह रही भी तू ये की तू कंजर वाले काम कर रहा वा। व्यूआं दे चक्कर दे विच हुण तुसीं देखदे हो इंस्टाग्राम दे विच अज कल तां साडे पंजाबी इन्ने गर्क चुके ने अपनियां पत्नियां दीआं छातियां उहनां दे शरीर दिखा के व्यूआं दे चक्कर दे विच पैसा कमा रहे ने। रवी कवात्रा नौजवान आ, तुहानूं वी पता वा भी अज कल नौजवान वधिया पोर्न वीडियो देखणा पसंद करदे ने, सैक्सी वीडियो देखणा पसंद करदे ने। रवी कवात्रा वी जवान आ, उहदी वी ख्वाहिश होऊगी पैसे करके अपनी घर वाली ने सैक्स तक दी वीडियो बना ली, वो भी बिल्कुल पति पत्नी ना उत्तरो कैमरा करके, गोपी कैसा लग रहा है। साडे पंजाब दे ठरकी ने जेड़े वो भी कमेंटा दे विच एक दूजे नू मैसेज कर करके कहंदे सीगे वी सानू वीडियो दे दो, सानू वीडियो दे दो। ये सोचण वाली गल आ बाई जी, ये तो हर पंजाबी लई शर्म वाली गल आ जिन्हें गुरु ग्रंथ साहब दे अगे लावां लैतियां ने। $1,00,000 ਨੂੰ ਕਮਾ ਇੱਕ ਆ ਰਿਹਾ ਵਾ $1,00,000 ਤੇ $1,00,000 ਦੇ ਵਿੱਚੋਂ ਜੇ 30-40,000 ਰੁਪਇਆ ਉਹ ਇੱਕ ਦੂਜੇ ਨੂੰ ਦੇ ਵੀ ਦਊਗਾ, ਠੀਕ ਆ, ਆਪਣੇ ਆਪਣੀ ਇਸ ਚੋਰੀ ਤੋਂ ਆਪਣੀ ਇਸ ਠੱਗੀ ਤੋਂ ਬਚਣ ਲਈ, ਤੇ ਹੋਰ ਉਹਨੂੰ ਬਾਕੀ ਸਾਡੇ ਪੰਜਾਬ ਦੇ ਬਥੇਰੇ ਖੱਚ ਨੇ, ਬਥੇਰੇ ਸਵਾਦ ਲੈਣ ਵਾਲੇ ਨੇ, ਬਥੇਰੇ ਠਰਕੀ ਨੇ, ਉਹਦੀਆਂ ਵੀਡੀਓ ਦੇਖ ਦੇਖ ਕੇ ਠਰਕੀਆਂ ਵਾਲੀਆਂ ਤਾਂ ਉਹਨੂੰ ਹੋਰ ਪੈਸਾ ਕਮਾ ਕੇ ਦੇ ਦੇਣਗੇ। ਸਤਿ ਸ਼੍ਰੀ ਅਕਾਲ, ਬਰਾਊਜ਼ਰ ਵਾਲੀ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਕਰਨ ਹਾਂਡਾ। ਕੁੱਲੜ ਪੀਜ਼ਾ ਕਪਲ ਜਿਹੜਾ ਇੱਕ ਵਾਰ ਮੁੜ ਤੋਂ ਚਰਚਾ ਦੇ ਵਿੱਚ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਉਹਨਾਂ ਨੇ ਫਿਰ ਤੋਂ ਵਾਪਸੀ ਕੀਤੀ ਹੈ। ਕੁਝ ਲੋਕ ਕਹਿ ਰਹੇ ਨੇ ਸਹੀ ਹੈ, ਕੁਝ ਲੋਕ ਕਹਿ ਰਹੇ ਨੇ ਗਲਤ ਹੈ ਕਿ ਉਸੇ ਤਰੀਕੇ ਦੀਆਂ ਵੀਡੀਓਜ਼ ਫਿਰ ਬਣਾਈਆਂ ਜਾ ਰਹੀਆਂ ਨੇ। ਇਸ ਵਿਚਾਲੇ ਇੱਕ ਇੰਟਰਵਿਊ ਵੀ ਹੋਈ ਹੈ, ਉਹ ਵੀ ਚਰਚਿਤ ਹੈ, ਪਰ ਜੇ ਚਰਚਾ ਦੇ ਵਿੱਚ ਤੇ ਨਹੀਂ ਕੋਈ ਗੱਲ, ਉਹ ਇਹ ਹੈ ਕਿ ਉਹ ਦੋ ਕੁੜੀਆਂ ਪੰਜਾਬ ਦੀਆਂ ਧੀਆਂ ਜਿਨ੍ਹਾਂ ਦੇ ਉੱਤੇ ਦੋਸ਼ ਲੱਗੇ ਕਿ ਉਹਨਾਂ ਨੇ ਵੀਡੀਓ ਵਾਇਰਲ ਕੀਤੀ ਸੀ ਤੇ ਫਿਰ ਉਹਨਾਂ ਨੂੰ ਜੇਲ੍ਹ ਵੀ ਜਾਣਾ ਪਿਆ। ਇਹ ਸਾਰੇ ਮਸਲੇ ਉੱਤੇ ਚਰਚਾ ਕਰਾਂਗੇ। ਮੇਰੇ ਨਾਲ ਡਾਕਟਰ ਰਣਜੀਤ ਸਿੰਘ ਨੇ, ਜੋ ਕਿ ਖਸਖਸ ਦੀ ਖੇਤੀ, ਅਫੀਮ ਦੀ ਖੇਤੀ ਜਾਂ ਹੋਰ ਸਿਆਸੀ ਮਸਲਿਆਂ ਨੂੰ ਲੈ ਕੇ ਵੀ ਸਰਗਰਮ ਰਹਿੰਦੇ ਨੇ, ਚਰਚਾ ਕਰਦੇ ਉਹਨਾਂ ਦੇ ਨਾਲ। ਸਤਿ ਸ਼੍ਰੀ ਅਕਾਲ ਸਰ, ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤਾਂ ਜਿਸ ਤਰੀਕੇ ਮੈਂ ਕਿਹਾ ਜੀ ਕਿ ਚਰਚਾ ਦੇ ਵਿੱਚ ਤਾਂ ਬੜਾ ਕੁਛ ਹੈ, ਇੱਕ ਇੰਟਰਵਿਊ ਵੀ ਹੋ ਗਿਆ, ਇੰਟਰਵਿਊ ਦੇ ਵਿੱਚ ਉਸ ਮੁੰਡੇ ਨੇ ਕੁੱਲੜ ਪੀਜ਼ਾ ਵਾਲੇ ਨੇ ਆਪਣੇ ਆਪਣਾ ਪੱਖ ਰੱਖਿਆ, ਕਈ ਗੱਲਾਂ ਕੀਤੀਆਂ, ਪਰ ਚਰਚਾ ਦੇ ਵਿੱਚ ਉਹ ਦੋ ਕੁੜੀਆਂ ਨਹੀਂ, ਨਾ ਹੀ ਜਾਂਚ ਦੇ ਵਿੱਚ ਕੋਈ ਅੱਗੇ ਕੋਈ ਗੱਲ ਸਾਹਮਣੇ ਲਿਆਂਦੀ ਗਈ ਕਿ ਉਹਨਾਂ ਨੂੰ ਜੇਲ੍ਹ ਵੀ ਕੱਟਣੀ ਪੈ ਗਈ, 18-19 ਸਾਲ ਦੀ ਉਮਰ ਉਹਨਾਂ ਦੀ, ਤਾਂ ਇਸ ਮਸਲੇ ਨੂੰ ਕਿਵੇਂ ਦੇਖਦੇ ਹੋ? ਕਰਨਵੀਰ, ਇਹ ਜਿਹੜੇ ਕੁੱਲੜ ਬੀਚੇ ਵਾਲੇ ਖੱਚ ਨੇ, ਬਣਦਾ ਤਾਂ ਇਹ ਸੀਗਾ ਵੀ ਇਹਨਾਂ ਦੇ ਦੋਨਾਂ ਦੇ ਛਿੱਤਰ ਪਰੇਡ ਹੁੰਦੀ, ਬਣਦਾ ਚਾਹੀਦਾ ਤਾਂ ਇਹ ਸੀਗਾ ਵੀ ਇਹ ਦੋਨਾਂ ਕਬਲ ਤੇ ਚੰਗੀ ਤਰ੍ਹਾਂ ਛਿੱਤਰ ਪਰੇਡ ਹੁੰਦੀ। ਤੁਸੀਂ ਇਹ ਦੇਖੋ ਵੀ ਜਦੋਂ ਅਸੀਂ ਵਿਆਹ ਦੇ ਬੰਧਨ ਦੇ ਵਿੱਚ ਬੰਨਦੇ ਹਾਂ, ਜਿਹੜਾ ਕਰਨਵੀਰ ਪਤੀ ਤੇ ਪਤਨੀ ਦਾ ਰਿਸ਼ਤਾ ਹੁੰਦਾ ਵਾ, ਉਹ ਇੱਕ ਪਵਿੱਤਰ ਰਿਸ਼ਤਾ ਹੁੰਦਾ ਵਾ। ਇਹਨਾਂ ਨੇ ਜਾਣ ਬੁੱਝ ਕੇ ਪੋਰਨ ਵੀਡੀਓ ਬਣਾਈ ਤੇ ਜਾਣ ਬੁੱਝ ਕੇ ਉਹ ਵੀਡੀਓ ਵਾਇਰਲ ਕੀਤੀ। ਕਿਉਂ ਕੀਤੀ? ਕਿਉਂਕਿ ਵਿਊਅਰ ਦਾ ਚੱਕਰ ਸੀਗਾ, ਬਿਗ ਬੌਸ ਦੇ ਜਾਣ ਦਾ ਚੱਕਰ ਸੀਗਾ। ਇਹਨਾਂ ਖੱਚਾਂ ਨੇ ਉਹ ਕੁੜੀਆਂ ਦੀ ਵੀ ਪਰਵਾਹ ਨਹੀਂ ਕੀਤੀ ਜਿਹੜੀਆਂ ਕਿ ਮੇਰੀ ਬੇਟੀ ਤੋਂ ਵੀ ਘੱਟ ਉਮਰ ਦੀਆਂ ਸੀਗੀਆਂ, ਤਨੀਸ਼ਾ ਤੇ ਮਨਪ੍ਰੀਤ। ਇਹਨਾਂ ਖੱਚਾਂ ਕਾਰਨ ਉਹ 20 ਦਿਨ ਜੇਲ੍ਹ ਦੇ ਵਿੱਚ ਕੱਟ ਕੇ ਆਈਆਂ ਨੇ, ਇੱਕ ਬਹੁਤ ਛੋਟੀ ਉਮਰ ਦੀਆਂ ਕੁੜੀਆਂ ਸੀਗੀਆਂ, ਇਹ ਖੱਚਾ ਕਰਕੇ 20 ਦਿਨ ਜੇਲ੍ਹ ਦੇ ਵਿੱਚ ਕੱਟ ਕੇ ਆਈਆਂ ਨੇ। ਜਦੋਂ ਕਿ ਸੋਚਣ ਵਾਲੀ ਗੱਲ ਇਹ ਆ ਵੀ 2 ਮਹੀਨੇ ਹੋ ਗਏ ਕਰਨਵੀਰ, 2 ਮਹੀਨੇ ਦੇ ਵਿੱਚ ਹਜੇ ਤੱਕ ਪੁਲਿਸ ਨੇ ਇਨਕੁਆਇਰੀ ਨਹੀਂ ਕੀਤੀ। ਜੇਕਰ ਪੁਲਿਸ ਵਾਲੇ ਚੰਗੀ ਤਰ੍ਹਾਂ ਇਨਕੁਆਇਰੀ ਕਰਨ, ਸੱਚ ਦੇ ਆਧਾਰ ਤੇ ਇਨਕੁਆਇਰੀ ਕਰਨ, ਤਾਂ ਇਹ ਦੋਸ਼ੀ ਸ਼ਾਬਤ ਹੋਣਗੇ ਦੋ ਹੀ ਕੁੱਲੜ ਪੀਜ਼ਾ ਵਾਲੇ। ਇਹਨਾਂ ਨੇ ਤਾਂ ਪਤੀ ਪਤਨੀ ਦੇ ਪਵਿੱਤਰ ਰਿਸ਼ਤੇ ਨੂੰ ਬਦਨਾਮ ਕੀਤਾ, ਤਾਂ ਛਿੱਤਰਾਂ ਦੇ ਹੱਕਦਾਰ ਸੀਗੇ। ਮੈਂ ਇੱਥੇ ਇਹ ਸਵਾਲ ਕਰਨਾ ਚਾਹੂੰਗਾ ਬਾਈ ਕਿ ਆਪਾਂ ਜਿਵੇਂ ਤੁਸੀਂ ਕਹਿ ਦਿੱਤਾ ਕਿ ਇਹਨਾਂ ਨੇ ਜਾਣ ਕੇ ਇਹ ਕੀਤੀ ਵੀਡੀਓ ਵਾਇਰਲ ਬਿਗ ਬੌਸ, ਪਰ ਕਿਉਂਕਿ ਜਾਂਚ ਦੇ ਵਿੱਚ ਤਾਂ ਕੋਈ ਗੱਲ ਇਦਾਂ ਦੀ ਉਹਨਾਂ ਨੇ ਕਹੀ ਨਹੀਂ ਪੁਲਿਸ ਨੇ, ਆਪਾਂ ਫਿਰ ਇਹ ਮਤਲਬ ਇਹ ਕਹਿਣਾ ਜਾਇਜ਼ ਹੋਏਗਾ? ਮਤਲਬ ਕਿਹੜੇ ਤੱਥਾਂ ਨੂੰ ਤੁਹਾਨੂੰ ਲੱਗਦਾ ਕਿ ਇਹਨਾਂ ਨੇ ਆਪ ਹੀ ਕੀਤਾ ਇਹ ਸਾਰਾ ਕੁਝ?
ਬਿਲਕੁਲ ਜਾਣ ਕੇ ਕੀਤਾ ਜੀ। ਤੁਸੀਂ ਇਹ ਦੇਖੋ ਵੀ ਜਦੋਂ ਇਹ ਵੀਡੀਓ ਬਣਾ ਰਿਹਾ ਸੀਗਾ ਤੇ ਇਹਦਾ ਬਿਲਕੁਲ ਕੈਮਰਾ ਉੱਤੇ ਫੋਕਸ ਕੀਤਾ ਹੋਇਆ ਸੀਗਾ, ਉੱਤੇ ਕੈਮਰਾ ਫੋਕਸ ਕੀਤਾ ਹੋਇਆ ਸੀਗਾ, ਜਿਵੇਂ ਇੱਕ ਪਤੀ ਤੇ ਪਤਨੀ ਸੈਕਸ ਪ੍ਰਕਿਰਿਆ ਦੇ ਵਿੱਚ ਹੁੰਦੇ ਨੇ ਤੇ ਉੱਪਰੋਂ ਇਹ ਫੋਕਸ ਕਰਕੇ ਕੈਮਰਾ ਉਹਨੂੰ ਗੋਪੀ ਨੂੰ ਕਹਿ ਰਿਹਾ ਸੀ ਗੋਪੀ ਕੈਸਾ ਲੱਗ ਰਿਹਾ ਹੈ, ਤੇ ਉਹ ਵੀ ਗੋਪੀ ਉਹਨੂੰ ਰੋਕ ਨਹੀਂ ਰਹੀ ਸੀਗੀ ਕਰਨਵੀਰ ਨਹੀਂ, ਇੱਕ ਪਤਨੀ ਹੁੰਦੀ ਆ ਉਹਨੂੰ ਆਪਣੀ ਸ਼ਰਮ ਹੁੰਦੀ ਆ, ਹਿਆ ਹੁੰਦੀ ਆ ਵੀ ਮੇਰਾ ਪਤੀ ਗਲਤ ਕੰਮ ਕਰਦਾ ਵੀ ਮੈਂ ਇਹਨੂੰ ਰੋਕਾਂ, ਉਹ ਵੀ ਗੋਪੀ ਉਹਨੂੰ ਕਹਿ ਰਹੀ ਆ ਸ਼ਟ ਅਪ, ਉਹਨੂੰ ਇਹ ਨਹੀਂ ਕਹਿ ਰਹੀ ਵੀ ਤੂੰ ਇਹ ਕੀ ਤੂੰ ਕੰਜਰ ਵਾਲੇ ਕੰਮ ਕਰ ਰਿਹਾ ਵਾ। ਫਿਰ ਜਦ ਉਹਦੀ ਰਵੀ ਕਵਾਤਰਾ ਦੇ ਨਾਲ ਵੀਡੀਓ ਇੰਟਰਵਿਊ ਹੋਈ ਆ ਉਹਦੇ ਵਿੱਚ ਉਹਨੇ ਇਹ ਵੀ ਕਿਹਾ ਵੀ ਹੋਰ ਵੀਡੀਓ ਵੀ ਹੋ ਸਕਦੀਆਂ ਨੇ, ਇਹਦੇ ਕਰਕੇ ਇਹਨਾਂ ਨੇ ਬਿਗ ਬੋਸ ਦੇ ਵਿੱਚ ਜਾਣ ਲਈ ਵਿਊਆਂ ਦੇ ਚੱਕਰ ਦੇ ਵਿੱਚ। ਹੁਣ ਤੁਸੀਂ ਦੇਖਦੇ ਹੋ ਇੰਸਟਾਗ੍ਰਾਮ ਦੇ ਵਿੱਚ ਅੱਜ ਕੱਲ੍ਹ ਤਾਂ ਸਾਡੇ ਪੰਜਾਬੀ ਇੰਨੇ ਗਰਕ ਚੁੱਕੇ ਨੇ ਆਪਣੀਆਂ ਪਤਨੀਆਂ ਦੀਆਂ ਛਾਤੀਆਂ ਉਹਨਾਂ ਦੇ ਸਰੀਰ ਦਿਖਾ ਕੇ ਵਿਊਆਂ ਦੇ ਚੱਕਰ ਦੇ ਵਿੱਚ ਪੈਸਾ ਕਮਾ ਰਹੇ ਨੇ, ਕਿਉਂਕਿ ਬਾਈ ਜੀ 90% ਪੰਜਾਬ ਦੇ ਵਿੱਚ ਮੁਰਦਾ ਲੋਕ ਵੱਸਦੇ ਨੇ, ਜ਼ਿਆਦਾਤਰ ਪੰਜਾਬੀ ਸਵਾਦ ਵਾਲੀਆਂ ਵੀਡੀਓ ਦੇਖਦੇ ਨੇ, ਲੜਾਈ ਝਗੜੇ ਵਾਲੀਆਂ ਵੀਡੀਓ ਦੇਖਦੇ ਨੇ, ਤੇ ਤੁਸੀਂ ਦੇਖੋ ਜਿਸ ਪੰਜਾਬ ਦੇ 90% ਲੋਕ ਮੁਰਦਾ ਹੋਣ 70-80% ਨੌਜਵਾਨੀ ਫੁਕਰੀ ਹੋਵੇ, ਤੇ ਬਾਈ ਜੀ ਉਹ ਤੁਸੀਂ ਦੇਖ ਲਓ ਵੀ ਇਹ ਗੱਲ ਕਿੱਥੇ ਜਾਂਦੀ ਹੈ। ਇਹ ਤਾਂ ਜਾਣ ਬੁੱਝ ਕੇ ਸਾਰਾ ਕੁਝ ਕੀਤਾ ਇਹਨਾਂ ਨੇ ਕਮੀਨਿਆਂ ਨੇ। ਕੁੜੀ ਦੇ ਪਰਿਵਾਰ ਵੱਲੋਂ ਉਦੋਂ ਵੀ ਕਿਹਾ ਗਿਆ ਸੀ ਕਿ ਸਾਡਾ ਕੋਈ ਕਸੂਰ ਨਹੀਂ, ਇਹਨਾਂ ਨੇ ਫੋਨ ਜਮ੍ਹਾਂ ਕਰ ਲਿਆ ਸੀ, ਉਹ ਗਏ ਇਹਨਾਂ ਦਾ ਕਹਿਣਾ ਸੀ ਕਿ ਕੁੜੀ ਨੇ ਸਾਡੇ ਤੋਂ ਫੋਨ ਲਿਆ ਸੀ, ਫੋਨ ਵਰਤਿਆ ਸੀ, ਤਾਂ ਹੁਣ ਫਿਰ ਜੇ ਇਹ ਕਹਿ ਰਿਹਾ ਕਿ ਹੋਰ ਵੀਡੀਓਜ਼ ਹੋ ਸਕਦੀਆਂ ਨੇ, ਇਹਦਾ ਮਤਲਬ ਉਹ ਵੀਡੀਓਜ਼ ਇਹਨਾਂ ਨੇ ਬਣਾਈਆਂ ਇਹਨਾਂ ਦੇ ਫੋਨ ਵਿੱਚ ਸੀ, ਇਹਨਾਂ ਨੂੰ ਤਾਂ ਸ਼ੱਕ ਹੈ ਜੇ ਕੁੜੀ ਤੇ ਵੀ ਦੋਸ਼ ਲਾਉਂਦੇ ਨੇ ਤਾਂ। 100% ਬਾਈ ਜੀ ਇਹਨਾਂ ਨੇ ਖੁਦ ਵੀਡੀਓ ਬਣਾਈ ਆ, ਤੁਹਾਨੂੰ ਵੀ ਪਤਾ ਵੀ ਬੰਦਾ ਮਸ਼ਹੂਰ ਹੋਣ ਲਈ ਤਰ੍ਹਾਂ ਤਰ੍ਹਾਂ ਦੇ ਹੱਥ ਕੱਢੇ ਬਣਾ ਰਿਹਾ ਵਾ, ਸਾਡੇ ਤਾਂ ਨੌਜਵਾਨ ਜਿਹੜੇ ਤੁਸੀਂ ਇੰਸਟਾਗ੍ਰਾਮ ਤੇ ਤੁਹਾਡੇ ਮੂਹਰੇ ਸਬੂਤ ਪਏ ਨੇ ਵੀ ਉਹ ਕਿਵੇਂ ਆਪਣੇ ਬੈੱਡ ਤੱਕ ਲੋਕਾਂ ਨੂੰ ਦਿਖਾ ਕੇ ਵਿਊ ਲੈਂਦੇ ਨੇ ਤੇ ਫਿਰ ਪੈਸਾ ਕਮਾਉਂਦੇ ਨੇ, ਫਿਰ ਜਿਹੜੀਆਂ ਉਸ ਕਮਾਈ ਦੇ ਨਾਲ ਗੱਡੀਆਂ ਲੈਂਦੇ ਨੇ ਉਹਨੂੰ ਇੰਸਟਾਗ੍ਰਾਮ ਦਿਖਾਉਂਦੇ ਨੇ ਵੀ ਆਹ ਸਾਡੀ ਕਮਾਈ ਦੇ ਨਾਲ ਅਸੀਂ ਇਹ ਗੱਡੀ ਲੈ ਕੇ ਆਏ ਹਾਂ। ਬਾਈ ਜੀ ਪਤੀ ਪਤਨੀ ਦਾ ਇੱਕ ਪਵਿੱਤਰ ਰਿਸ਼ਤਾ ਹੁੰਦਾ ਵਾ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਅਸੀਂ ਜਿਉਣ ਮਰਨਾਂ ਦੀਆਂ ਕਸਮਾਂ ਖਾਂਦੇ ਹਾਂ, ਪਹਿਲਾਂ ਸਾਡਾ ਵਿਆਹ ਹੁੰਦਾ ਵਾ, ਠੀਕ ਹੈ ਨਾ ਜੀ, ਫਿਰ ਉਹ ਬੱਚੇ ਹੁੰਦੇ ਨੇ, ਫਿਰ ਉਹ ਮਾਂ ਬਣਦੀ ਆ, ਫਿਰ ਉਹ ਸੱਸ ਬਣਦੀ ਆ, ਫਿਰ ਉਹ ਦਾਦੀ ਤੇ ਨਾਨੀ ਬਣਦੀ ਆ, ਇਹਨਾਂ ਨੇ ਤਾਂ ਪਵਿੱਤਰ ਰਿਸ਼ਤੇ ਨੂੰ ਸੱਟ ਮਾਰੀ ਆ, ਇਹਨਾਂ ਤੇ ਤਾਂ ਡੰਗਰਾਂ ਦਾ ਛਿੱਤਰ ਫਿਰਨਾ ਚਾਹੀਦਾ ਸੀਗਾ। ਮੈਂ ਤਾਂ ਰਵੀ ਕਵਾਤਰਾ ਨੂੰ, ਮੈਂ ਉਹਨਾਂ ਵੀਰਾਂ ਤੇ ਹੈਰਾਨ ਆ ਬਾਈ ਜੀ, ਹੁਣ ਰਵੀ ਕਵਾਤਰਾ ਨੇ ਪਹਿਲਾਂ ਤਾਂ ਇਹਦੇ ਹੱਕ ਦੇ ਵਿੱਚ ਵੀਡੀਓ ਪਾਈ, ਵੀ ਫਿਰ ਕਿੰਨੇ ਲੋਕਾਂ ਨੇ, ਕਹਿੰਦੇ ਨੀ ਹੁੰਦੇ ਵੀ ਲੀਰ ਦੇ ਫਕੀਰ ਨੇ ਪੰਜਾਬੀ, ਤਾਂ ਕਿੰਨੇ ਲੋਕਾਂ ਨੇ ਇਹਦੇ ਹੱਕ ਦੇ ਵਿੱਚ ਵੀਡੀਓ ਪਾਈ ਆ, ਤੇ ਕਹਿਣ ਦਾ ਕਿਉਂ ਹੱਕ ਦੇ ਵਿੱਚ ਪਾਈ ਆ, ਹੁਣ ਰਵੀ ਕਵਾਤਰਾ ਇਹਦੀ ਇੰਟਰਵਿਊ ਲੈ ਰਿਹਾ, ਅਸੀਂ ਮੰਨਦੇ ਹਾਂ ਵੀ ਰਵੀ ਕਵਾਤਰਾ ਨੌਜਵਾਨ ਆ, ਤੁਹਾਨੂੰ ਵੀ ਪਤਾ ਵਾ ਵੀ ਅੱਜ ਕੱਲ੍ਹ ਨੌਜਵਾਨ ਵਧੀਆ ਪੋਰਨ ਵੀਡੀਓ ਦੇਖਣਾ ਪਸੰਦ ਕਰਦੇ ਨੇ, ਸੈਕਸੀ ਵੀਡੀਓ ਦੇਖਣਾ ਪਸੰਦ ਕਰਦੇ ਨੇ, ਰਵੀ ਕਵਾਤਰਾ ਵੀ ਜਵਾਨ ਆ, ਉਹਦੀ ਵੀ ਖਵਾਇਸ਼ ਹੋਊਗੀ, ਠੀਕ ਆ, ਪਰ ਰਵੀ ਕਵਾਤਰੇ ਨੂੰ ਇਹ ਵੀ ਸੋਚਣਾ ਚਾਹੀਦਾ ਸੀਗਾ ਵੀ ਜਿਹੜੇ ਇਹਨਾਂ ਨੇ ਦੋ ਕੁੜੀਆਂ ਦੇ ਨਾਲ ਨਜਾਇਜ਼ ਕੀਤੀ ਆ, ਉਹਨਾਂ ਦੇ ਨਾਲ ਧੱਕਾ ਹੋਇਆ ਵਾ, ਛੋਟੀ ਉਮਰ ਦੇ ਵਿੱਚ ਉਹਨਾਂ ਦੇ ਦਿਲ ਤੇ ਦਿਮਾਗ ਦੇ ਜੋ ਅਸਰ ਪਿਆ ਵਾ, ਉਹਨਾਂ ਦੀ ਰਿਸ਼ਤੇਦਾਰਾਂ ਦੇ ਵਿੱਚ ਬਦਨਾਮੀ ਹੋਈ ਆ, ਇਹ ਮਾੜੀ ਮੋਟੀ ਗੱਲ ਨੀ ਬਾਈ ਜੀ, ਇੱਕ ਪਰਿਵਾਰ ਦਾ ਪਰਿਵਾਰ ਤੇ ਪਰਿਵਾਰ ਦਾ ਮੁਖੀ ਇਹ ਗੱਲਾਂ ਨੂੰ ਸੋਚ ਸਕਦਾ ਵਾ, ਖੱਚ ਬੰਦਿਆਂ ਨੇ ਕੀ ਸੋਚਣਾ ਵਾ ਜੀ। ਉਹ ਤਾਂ ਕਿਉਂਕਿ ਇਹ ਵੀ ਲੋਕ ਸਵਾਲ ਚੁੱਕ ਰਹੇ ਨੇ ਕਿ ਫਿਰ ਤੋਂ ਜਦੋਂ ਵਾਪਸੀ ਹੋਈ ਆ ਤਾਂ ਕੋਈ ਉਹਨਾਂ ਦੇ ਮਤਲਬ ਬਦਲਾਅ ਨੀ ਦਿਖਿਆ, ਉਹ ਜਿਹੇ ਵੀਡੀਓ ਸੀ, ਆਹ ਦੇਖੋ ਸਾਡੇ ਕੱਪੜੇ, ਆਹ ਦੇਖੋ ਇਹ ਵੀ ਕੰਮ ਤਾਂ ਥੋੜਾ ਕੁਕਿੰਗ ਦਾ ਤੇ ਤੁਸੀਂ ਕਰ ਕੁਛ ਹੋਰ ਰਹੇ ਹੋ, ਉਸ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਕਈ। ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਨਾ ਜੀ, ਜਿਹੜਾ ਬੰਦਾ ਬੇਸ਼ਰਮ ਹੋਵੇ ਤੇ ਪੂਰੀ ਪਲੈਨਿੰਗ ਦੇ ਨਾਲ ਕਰੇ, ਉਹਨਾਂ ਨੂੰ ਇਹ ਹੈਗਾ ਵਾ ਵੀ ਬੇਸ਼ਰਮੀ ਦੇ ਚੱਕਰ ਦੇ ਵਿੱਚ ਸਾਨੂੰ ਨੋਟ ਆਈ ਜਾਂਦੇ ਨੇ। ਇੱਕ ਗਰੀਬ ਬੰਦਾ ਸਾਰਾ ਦਿਨ ਦਿਹਾੜੀ ਕਰਦਾ ਵਾ, ਰੋਜ਼ ਮਰਦਾ ਵਾ, ਫਿਰ ਉਹਨੂੰ 400-500 ਰੁਪਇਆ ਮਿਲਦਾ ਵਾ, ਜੇ ਇਹਨਾਂ ਨੂੰ ਸਰੀਰ ਦਿਖਾ ਕੇ ਹੀ ਇਹੋ ਜਿਹੇ, ਤੁਹਾਨੂੰ ਵੀ ਪਤਾ ਵਾ ਵੀ ਆਪਣੇ, ਮੈਂ ਪਹਿਲਾਂ ਵੀ ਕਿਹਾ ਸਾਡੇ ਤਾਂ ਮੁਰਦਾ ਲੋਕ ਨੇ ਪੰਜਾਬ ਦੇ, ਅਸੀਂ ਹੋਰ ਪਾਸੇ ਨੀ। ਹੁਣ ਤੁਸੀਂ ਸਾਰੇ ਮੀਡੀਆ 'ਚ ਦੇਖ ਲਓ, ਮੀਡੀਆ 'ਚ ਚੱਲ ਕੀ ਰਿਹਾ ਵਾ, ਕੁੱਲੜ ਪੀਜਾ, ਹੋਰ ਕੋਈ ਦੱਸੋ ਪੰਜਾਬ ਦੇ ਮੀਡੀਆ ਤੇ ਪੰਜਾਬ ਦੇ ਮੁੱਦਿਆਂ ਬਾਰੇ ਗੱਲਬਾਤ ਹੁੰਦੀ ਆ? ਆ ਹੁਣ ਪਾਣੀਆਂ ਦਾ ਮੁੱਦਾ ਛੱਡਣਾ ਚਾਹੀਦਾ ਸੀਗਾ, ਹੋਰ ਵਿੱਚ ਅਸੀਂ ਹੋਰ ਗੱਲਾਂ ਨੂੰ ਵਿੱਚ ਪਾੜ ਦਿੰਦੇ ਹਾਂ, ਕਿਤੇ ਇਹ ਪੰਜਾਬ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਵਾ ਵੀ ਅੱਜ ਕਿਉਂ ਪੰਜਾਬਣਾਂ ਦੀਆਂ ਕੁੱਖਾਂ ਦੇ ਵਿੱਚ ਯੂਪੀ ਬਿਹਾਰ ਦਾ ਬੀਰਜ ਪਾਇਆ ਜਾ ਰਿਹਾ, ਕਿਉਂ ਭਾਰਤ ਦੀ ਹਰੇਕ ਸਟੇਟ ਦਾ ਬੰਦਾ ਸਾਡੇ ਪੰਜਾਬ ਦੇ ਵਿੱਚ ਆਈ ਜਾ ਰਿਹਾ ਵਾ? ਗੁਰਬਾਣੀ ਦੇ ਵਿੱਚ ਪਾਣੀ ਸਾਡਾ ਪਿਓ ਆ, ਅਕਾਲ ਤਖ਼ਤ ਦਾ ਜਥੇਦਾਰ ਵੀ ਚੁੱਪ ਪਿਆ ਵਾ, ਧਰਤੀ ਨੇ 6-7 ਸਾਲ ਬਾਅਦ ਬੰਜਰ ਹੋ ਜਾਣਾ ਹੋਵੇ, ਨੌਜਵਾਨੀ ਤੋਂ ਬੱਚੇ ਪੈਦਾ ਨਾ ਹੋਣ, ਰੋਜ਼ 7-8 ਮੁੰਡੇ ਚਿੱਟੇ ਦੇ ਟੀਕੇ ਲਾ ਕੇ ਮਰਦੇ ਹੋਣ, ਇਹਦੇ ਤੇ ਮੁੱਦੇ ਤੇ ਤਾਂ ਚਰਚਾ ਹੁੰਦੀ ਨੀ ਹੈਗੀ, ਚਰਚਾ ਕਿਤੇ ਹੁੰਦੀ ਆ?
ਕਦੇ ਉਹ ਵਿਸ਼ੇ ਨੂੰ ਵਾੜ ਦੋ, ਕਦੇ ਉਹ ਵਿਸ਼ੇ ਨੂੰ ਵਾੜ ਦੋ। ਉਹ ਪੰਜਾਬੀਆਂ ਨੂੰ ਤੇ ਪੰਜਾਬੀਅਤ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਇਹ ਮੁੱਦਿਆਂ ਦਾ ਕੀ ਫਾਇਦਾ ਵਾ? ਜਿਹੜੇ ਠਰਕੀ ਲੋਕ ਨੇ, ਜਿਹੜੇ ਮੁਰਦੇ ਲੋਕ ਨੇ, ਉਹ ਬਸ ਇਹਨਾਂ ਨੂੰ ਦੇਖ ਕੇ ਸਵਾਦ ਲਈ ਜਾਂਦੇ ਨੇ। ਪਰ ਜਿਹੜੇ ਪੰਜਾਬ ਨੂੰ ਪਿਆਰ ਕਰਨ ਵਾਲੇ ਨੇ, ਪੰਜਾਬ ਦੇ ਦਰਦੀ ਨੇ, ਉਹਨਾਂ ਨੂੰ ਤਾਂ ਦਰਦ ਵਾ ਨਾ ਵੀ ਇਹ ਖਰਚਾ ਕਰੀ ਕੀ ਜਾਂਦੀਆਂ ਨੇ। ਇੱਕ ਸਵਾਲ ਇੱਥੇ ਜ਼ਰੂਰ ਬਾਈ, ਜਿਵੇਂ ਇੰਟਰਵਿਊ ਹੋਈ ਆ ਜਿਹੜੀ, ਉਹਦੇ ਵਿੱਚ ਇਹ ਵੀ ਕਿਹਾ ਗਿਆ ਕੁਆਤਰਿਆਂ ਵੱਲੋਂ ਕਿ ਮੈਨੂੰ ਵੀ ਟ੍ਰੋਲ ਕੀਤਾ ਗਿਆ। ਮੈਂ ਤਾਂ ਇੱਕ ਪੱਖ ਰੱਖਿਆ ਉਹਨਾਂ ਦਾ ਕਿ ਲੋਕ ਸਵਾਦ ਲੈਂਦੇ ਨੇ, ਅਗਲਿਆਂ ਤੋਂ ਗਲਤੀ ਹੋ ਗਈ, ਹੁਣ ਉਸ ਚੀਜ਼ ਨੂੰ ਭੁੱਲ ਜਾਣਾ ਚਾਹੀਦਾ। ਅੱਛਾ, ਇੱਕ ਤਾਂ ਜਾਣ ਬੁੱਝ ਕੇ ਵੀਡੀਓ ਬਣਾਈ ਰਵੀ ਕਵਤਰ, ਇਹ ਭੁੱਲ ਗਿਆ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਇਹਨਾਂ ਨੇ ਲਾਵਾਂ ਲੈਤੀਆਂ ਸੀਗੀਆਂ। ਉਹ ਬੰਦਾ ਆਹ ਪੱਗ ਨੂੰ ਬੰਨਦਾ ਵਾ, ਇਹ ਪੱਗ ਸਾਨੂੰ ਕੁਰਬਾਨੀਆਂ ਦੇ ਨਾਲ ਮਿਲੀ ਆ, ਇਹ ਜਿਹੜੀ ਦਾੜੀ ਆ ਤੇ ਆਹ ਵਾਲ ਨੇ ਨਾ ਤੇ ਆਹ ਸਿਰਾਂ ਦੇ ਮੁੱਲ ਪੈਂਦੇ ਰਹੇ ਨੇ ਇਹ ਪੱਗ ਕਰਕੇ। ਉਹਨਾਂ ਨੂੰ ਸ਼ਾਇਦ ਇਹ ਗੱਲ ਦਾ ਅਹਿਸਾਸ ਨੀ ਹੈਗਾ, ਬੰਦ ਬੰਦ ਕਟਵਾਏ, ਚੜਕੜੀਆਂ ਤੇ ਚੜੇ, ਪਰ ਸਿਦਕ ਨਹੀਂ ਹਾਰਿਆ। ਠੀਕ ਹੈ ਨਾ ਜੀ, ਸਾਡਾ ਸਰਬੰਸ ਦਾਨੀ ਬਾਜਾਂ ਵਾਲਿਆ ਸਿੱਕੀ ਲਈ ਪੂਰਾ ਸਰਬੰਸ ਵਰ ਗਿਆ। ਠੀਕ ਆ, ਸਾਡੇ ਸਾਹਿਬਜ਼ਾਦਿਆਂ ਨਾਲ ਕੀ ਹੋਇਆ? ਕਿਉਂ ਸਿੱਕੀ ਦੀ ਚੜ੍ਹਦੀ ਕਲਾ ਲਈ? ਇਹ ਤਾਂ ਅੱਜ ਕਿ ਪੱਗ ਦੀ ਕੀ ਅਹਿਮੀਅਤ ਆ, ਦਾੜੀ ਦੀ ਕੀ ਅਹਿਮੀਅਤ ਆ, ਇਹ ਖਰਚਾ ਤਾਂ ਭੁੱਲ ਗਈਆਂ। ਇਹਨਾਂ ਨੂੰ ਤਾਂ ਸਿਰਫ ਵਿਊ ਤੇ ਪੈਸੇ ਦਾ ਫਿਕਰ ਹੈ, ਪੈਸੇ ਤੱਕ ਮਤਲਬ ਆ। ਪੈਸੇ ਕਰਕੇ ਆਪਣੀਆਂ ਘਰ ਵਾਲੀਆਂ ਨੇ ਸੈਕਸ ਤੱਕ ਦੀ ਵੀਡੀਓ ਬਣਾ ਲਈ, ਉਹ ਵੀ ਬਿਲਕੁਲ ਪਤੀ ਪਤਨੀ ਨਾਲ ਉੱਤਰੋ ਕੈਮਰਾ ਕਰਕੇ, ਗੋਪੀ ਕੈਸਾ ਲੱਗ ਰਿਹਾ ਹੈ। ਤੇ ਸਾਡੇ ਪੰਜਾਬ ਦੇ ਠਰਕੀ ਨੇ ਜਿਹੜੇ, ਉਹ ਵੀ ਕਮੈਂਟਾਂ ਦੇ ਵਿੱਚ ਇੱਕ ਦੂਜੇ ਨੂੰ ਮੈਸੇਜ ਕਰ ਕਰਕੇ ਕਹਿੰਦੇ ਸੀਗੇ ਵੀ ਸਾਨੂੰ ਵੀਡੀਓ ਦੇ ਦਿਓ, ਸਾਨੂੰ ਵੀਡੀਓ ਦੇ ਦਿਓ। ਇਹ ਸੋਚਣ ਵਾਲੀ ਗੱਲ ਆ ਬਾਈ ਜੀ, ਇਹ ਤਾਂ ਹਰ ਪੰਜਾਬੀ ਲਈ ਸ਼ਰਮ ਵਾਲੀ ਗੱਲ ਆ ਜਿਹਨੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਲਾਵਾਂ ਲਿੱਤੀਆਂ ਨੇ, ਤੇ ਇਹਨਾਂ ਨੇ ਤਾਂ ਹੋਰ ਪੰਜਾਬੀਆਂ ਦੇ ਸਿਰ ਤੇ ਵੀ ਢੱਬਾ ਲਾਇਆ ਵਾ। ਸਾਡੇ ਹੋਰਲੇ ਸਟੇਟਾਂ ਵਾਲੇ ਲੋਕ ਸਾਡੇ ਬਾਰੇ ਕੀ ਸੋਚਦੇ ਹੋਣਗੇ ਵੀ ਇਹ ਪੰਜਾਬੀ ਦਾ ਕਿਰਦਾਰ? ਉਹ ਸ਼ਖਸ ਨੇ ਦਸਤਾਰ ਵੀ ਪਾਈ ਹੋਈ ਸੀ ਤਾਂ ਜ਼ਰੂਰ ਕਿਤੇ ਨਾ ਕਿਤੇ ਚੀਜ਼ ਤਾਂ ਜੁੜਦੀ ਆ ਇੱਕ ਪਹਿਚਾਣ ਦੇ ਨਾਲ। ਭਾਈ ਜੀ, ਜੁੜਨਾ ਹੀ ਜੁੜਨਾ ਵਾ। ਤੁਸੀਂ ਦੇਖੋ ਵੀ ਸਿੱਖਾਂ ਨੇ ਕਿਵੇਂ ਦੁਨੀਆਂ ਦੇ ਵਿੱਚ ਆਪਣੇ ਝੰਡੇ ਗੱਡੇ ਨੇ। ਅਸੀਂ ਕੁਰਬਾਨੀਆਂ ਕਰਕੇ ਸਾਡਾ ਇਸ ਪੱਗ ਨੂੰ ਹਰ ਦੁਨੀਆਂ ਦੇ ਲੋਕ ਜਾਣਦੇ ਨੇ, ਤੇ ਇਹਨਾਂ ਨੇ ਕੀ ਅਕਸ਼ ਪੇਸ਼ ਕੀਤਾ? ਤੇ ਜਿਹੜਾ ਸਾਡਾ ਖੱਚ ਮੀਡੀਆ ਵਾ, ਇਹਨਾਂ ਨੂੰ ਏਦਾਂ ਦਿਖਾ ਰਿਹਾ ਵਾ ਜਿਵੇਂ ਇਹਨਾਂ ਨੇ ਬਹੁਤ ਮਾਰਕਾ ਮਾਰਦਾ ਹੋਵੇ, ਇੱਕ ਪੋਰਨ ਵੀਡੀਓ ਬਣਾ ਕੇ ਬਹੁਤ ਵੱਡਾ ਮਾਰਕਾ ਮਾਰਦਾ ਹੋਵੇ। ਮੈਂ ਤਾਂ ਫੇਰ ਕਹਿਣਾ ਵਾ ਇਹਨਾਂ ਨੂੰ, ਬਾਈ ਜੀ ਇਹਨਾਂ ਨੇ ਜਿਹੜੀਆਂ ਦੋ ਨਾਬਾਲਗ ਕੁੜੀਆਂ ਸੀ ਨਾ, ਚਲੋ ਨਾਬਾਲਗ ਹੀ ਹੋਈਆਂ, 18-18.5 ਸਾਲ ਦੀ ਉਮਰ ਕੋਈ ਜ਼ਿਆਦਾ ਨਹੀਂ ਹੁੰਦੀ। ਤੁਸੀਂ ਬਾਈ ਜੀ ਉਹ ਦੇਖੋ ਜਦੋਂ 20 ਦਿਨ ਉਹਨਾਂ ਨੇ ਜੇਲ੍ਹ ਦੇ ਵਿੱਚ ਇਕੱਲੇ ਇਕੱਲੇ ਬੈਠ ਕੇ ਕੱਟੀ ਹੋਣੀ ਆ, ਇੱਕ ਇੱਕ ਘੰਟਾ ਉਹ ਬੱਚਿਆਂ ਦੇ ਦਿਲ ਤੇ ਉਹਦੇ ਦਿਮਾਗ ਤੇ ਕੀ ਬੀਤਿਆ ਹੋਣਾ ਵਾ, ਇਹਨਾਂ ਖੱਚਾਂ ਨੂੰ ਕੀ ਅਹਿਸਾਸ? ਪਿਓਰਨ ਵੀਡੀਓ ਬਣਾ ਲਈ ਆਪਣੀ ਮਰਜ਼ੀ ਨਾਲ ਬਣਾਈ ਆ, ਤੇ ਗੋਪੀ ਕੈਸਾ ਲੱਗ ਰਿਹਾ ਹੈ, ਗੋਪੀ ਵੀ ਸੈਟਅਪ। ਕਾਰਵਾਈ ਕਿਉਂ ਨੀ ਕਿਸੇ ਸਿਰੇ ਲੱਗੀ? ਕੀ ਉਹਦੇ ਵਿੱਚ ਵੀ ਕਿਸੇ ਤਰੀਕੇ ਕੋਈ ਪੈਸਾ ਜਾਂ ਕਿਸੇ ਹੋਰ ਤਾਕਤ ਦੀ ਵਰਤੋਂ ਕੀਤੀ ਗਈ? ਕਾਰਵਾਈ ਕੋਈ ਨਿਚੋੜ ਨਹੀਂ ਕੱਢਿਆ ਗਿਆ ਅਖੀਰ ਤੇ? ਬਾਈ ਜੀ ਇਸੀ ਗੱਲ ਦਾ ਤਾਂ ਦੁੱਖ ਆ, ਤੇ ਮੈਂ ਤਾਂ ਹੁਣ ਵੀ ਸਾਡੇ ਮੁੱਖ ਮੰਤਰੀ ਨੂੰ, ਸਾਡੇ ਸਟਾਰ ਭਗਵੰਤ ਮਾਨ ਨੂੰ ਬੇਨਤੀ ਕਰਨੀ ਚਾਹੂੰਗਾ ਵੀ ਮਾਨ ਸਾਹਿਬ ਆਪਾਂ ਸਾਰਿਆਂ ਨੂੰ ਨਰਾਲੇ ਸੀ ਇਹ ਸੋਚ ਕੇ ਆਪਾਂ ਸੱਤਾ ਦੇ ਵਿੱਚ ਆਏ ਸੀਗੇ, ਤੁਸੀਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰੋ। ਹੁਣ 2 ਮਹੀਨੇ ਹੋ ਗਏ, 2 ਮਹੀਨੇ ਚ ਕਿਉਂ ਇਨਕੁਆਇਰੀ ਨਹੀਂ ਹੋਈ ਹੈਗੀ? ਕਿਉਂ ਕੁੜੀਆਂ ਨੂੰ ਉਹਨਾਂ ਨੂੰ ਇਨਸਾਫ਼ ਨਹੀਂ ਮਿਲਿਆ ਹੈਗਾ? ਉਹ ਵੀ ਕਿਸੇ ਦੀਆਂ ਧੀਆਂ ਨੇ, ਉਹਨਾਂ ਨੂੰ ਕਿਉਂ 2 ਮਹੀਨੇ ਚ ਕਿਹੜੀ ਕਿਹੜੀ ਆ ਜਿਹੜੀ ਇਨਕੁਆਇਰੀ ਨਹੀਂ ਹੁਣ ਤੱਕ ਹੋਈ? ਕਿਉਂਕਿ ਬਾਈ ਜੀ ਜੇਕਰ ਸਹੀ ਇਨਕੁਆਇਰੀ ਹੋਵੇ ਤਾਂ ਇਹ ਦੋਸ਼ੀ ਸਾਬਤ ਹੁੰਦੇ ਨੇ ਆ ਦੋ ਹੀ ਖਰਚ, ਕੁੱਲੜ ਪੀਜਾ ਤੇ ਉਹਦੀ ਪਤਨੀ ਗੋਪੀ। ਕਿਉਂਕਿ ਕਾਨੂੰਨ ਵੀ ਇਹੀ ਕਹਿੰਦਾ ਕਿ ਭਾਵੇਂ ਕੋਈ ਆਪਣੀ ਅਸ਼ਲੀਲ ਵੀਡੀਓ ਬਣਾਏ, ਦੋਸ਼ੀ ਉਹ ਵੀ ਹੈ, ਕਾਰਵਾਈ ਉਹਦੇ ਤੇ ਵੀ ਹੋਵੇਗੀ, ਅਧਿਕਾਰ ਉਹਨੂੰ ਵੀ ਨਹੀਂ ਹੈਗਾ, ਭਾਵੇਂ ਤੁਸੀਂ ਆਪਦੀ ਬਣਾਓ ਕਿਸੇ ਹੋਰ ਦੀ ਤਾਂ ਚਲੋ ਦੂਰ ਦੀ ਗੱਲ ਆ। ਬਾਈ ਜੀ ਦੇਖੋ ਹੁਣ ਕੁੱਲੜ ਪੀਜਾ ਉਹ ਤਾਂ ਰਿਹਾ ਨੀ ਹੈਗਾ, ਉਹ ਲਗਭਗ ਜਿਵੇਂ ਇੰਦੀ ਜਸਵਾਲ ਦੀ ਵਿਰਦੇ ਕਰਾਂ $1,00,000 ਨੂੰ ਕਮਾ ਇੱਕ ਆ ਰਿਹਾ ਵਾ $1,00,000, ਤੇ $1,00,000 ਦੇ ਵਿੱਚੋਂ ਜੇ 30-40 ਹਜ਼ਾਰ ਰੁਪਇਆ ਉਹ ਇੱਕ ਦੂਜੇ ਨੂੰ ਦੇ ਵੀ ਦਊਗਾ, ਠੀਕ ਆ, ਆਪਣੇ ਆਪਣੀ ਇਸ ਚੋਰੀ ਤੋਂ ਆਪਣੀ ਇਸ ਠੱਗੀ ਤੋਂ ਬਚਣ ਲਈ, ਤੇ ਹੋਰ ਉਹਨੂੰ ਬਾਕੀ ਸਾਡੇ ਪੰਜਾਬ ਦੇ ਬਥੇਰੇ ਖੱਚ ਨੇ, ਬਥੇਰੇ ਸਵਾਦ ਲੈਣ ਵਾਲੇ ਨੇ, ਬਥੇਰੇ ਠਰਕੀ ਨੇ, ਉਹਦੀਆਂ ਵੀਡੀਓ ਦੇਖ ਦੇਖ ਕੇ ਠਰਕੀਆਂ ਵਾਲੀਆਂ ਤਾਂ ਉਹਨੂੰ ਹੋਰ ਪੈਸਾ ਕਮਾ ਕੇ ਦੇ ਦੇਣਗੇ। ਰਿਸ਼ਤੇਦਾਰੀ, ਉਹਨਾਂ ਦਾ ਪਰਿਵਾਰ, ਉਹ ਕੁੜੀਆਂ ਦਾ ਕਿਤੇ ਨਾ ਕਿਤੇ ਨਮੋਸ਼ੀ ਤਾਂ ਉਹਨਾਂ ਨੂੰ ਵੀ ਸਾਹਮਣਾ ਕਰਨਾ ਪਿਆ ਹੋਊਗਾ, ਹੁਣ ਤੱਕ ਵੀ ਹੁੰਦਾ ਹੋਊਗਾ ਵੀ ਇਹ ਸਭ ਕੀ ਵਾਪਰ ਗਿਆ ਇੱਕਦਮ, ਤੇ ਕੁੜੀਆਂ ਨੌਜਵਾਨ ਨੇ, ਬੱਚੇ ਦਾ ਭਵਿੱਖ ਵੀ ਦਾਅ ਤੇ ਲੱਗ ਜਾਂਦਾ, ਬਹੁਤ ਸਾਰੀਆਂ ਚੀਜ਼ਾਂ ਸੋਚਣ ਵਾਲੀਆਂ ਨੇ। ਚੋਰੀ ਤੇ ਚਲਾਕੀ ਕੋਈ ਹੋਰ ਕਰੇ ਤੇ ਉਹ ਵਿਚਾਰੇ ਇੰਨੇ ਗਰੀਬ ਤਾਂ ਇੰਨੇ ਅਮੀਰ ਤਾਂ ਹੈ ਨਹੀਂ ਸੀਗੇ, ਉਹ ਤਾਂ ਹੀ ਇੱਕ ਕੁੱਲੜ ਪੀਜ਼ਾ ਵਾਲਿਆ ਤੇ ਥੋੜੀ ਜਿਹੀ ਤਨਖਾਹ ਪਿੱਛੇ ਕੰਮ ਕਰਦੇ ਸੀ ਨਾ, ਜੇ ਉਹਨਾਂ ਨੂੰ ਮਜਬੂਰੀ ਸੀਗੀ, ਘਰੋਂ ਮੱਧ ਵਰਗੀ ਸੀਗੇ ਵਿਚਾਰੇ,
ਤੇ ਮੱਧ ਵਰਗੀ ਦਾ ਹੀ ਇਹਨਾਂ ਖੱਚਾਂ ਨੇ ਫਾਇਦਾ ਚੱਕਿਆ ਵਾ। ਮੈਨੂੰ ਮੈਂ ਤਾਂ ਅੱਜ ਵੀ ਭਗਵੰਤ ਮਾਨ ਨੂੰ ਬੇਨਤੀ ਕਰਦਾ ਵਾਂ ਸਾਡੇ ਸਾਡੇ ਮੁੱਖ ਮੰਤਰੀ ਨੂੰ ਵੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰੋ, ਇਹਨਾਂ ਨੂੰ ਦੋਨਾਂ ਨੂੰ ਇਹਨਾਂ ਦੇ ਪਰਚਾ ਦਰਜ ਕਰਕੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਭੇਜੋ। ਕੱਲ ਨੂੰ ਜਿਹੜਾ ਕੋਈ ਇੱਕ ਪਤੀ ਪਤਨੀ ਦੇ ਪਵਿੱਤਰ ਰਿਸ਼ਤੇ ਨੂੰ ਬਦਨਾਮ ਨਾ ਕਰੇ, ਜਿਹੜੀ ਆ ਪੱਗ ਸਾਨੂੰ ਕੁਰਬਾਨੀਆਂ ਦੇ ਨਾਲ ਮਿਲੀ ਆ, ਇਹਦਾ ਕੋਈ ਮਿਸਯੂਜ ਨਾ ਕਰੇ। ਜੀ ਬਿਲਕੁਲ। ਰਵੀ ਕਵਾਤਰੇ ਬਾਈ ਜੀ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਰਵੀ ਕਵਾਤਰਾ ਬਾਈ ਜੀ, ਅਸੀਂ ਤੁਹਾਡੇ ਤੁਸੀਂ ਸਾਡੇ ਹੀਰੋ ਹੋ ਰਵੀ ਕਵਾਤਰਾ ਜੀ, ਤੇ ਸਾਨੂੰ ਉਹ ਦੋ ਧੀਆਂ ਦਾ ਵੀ ਪੱਖ ਰੱਖਣਾ ਚਾਹੀਦਾ ਵਾ। ਠੀਕ ਆ, ਤੁਸੀਂ ਉਹਦੀ ਸਪੋਰਟ ਕਰਤੀ, ਠੀਕ ਆ, ਤੁਸੀਂ ਨੌਜਵਾਨ ਹੋ, ਤੁਹਾਨੂੰ ਵੀ ਪੋਰਨ ਵੀਡੀਓ ਜਾਂ ਸੈਕਸੀ ਵੀਡੀਓ ਵਧੀਆ ਲੱਗਦੀਆਂ ਹੋਣਗੀਆਂ, ਹਰ ਨੌਜਵਾਨ ਨੂੰ ਵਧੀਆ ਲੱਗਦੀਆਂ ਨੇ। ਪਰ ਮੈਂ ਜਿਵੇਂ ਦੇਖਿਆ ਪੰਜਾਬ ਦੇ ਲੋਕ ਲੀਰ ਦੇ ਫਕੀਰ ਬਣੇ ਨੇ, ਧੜਾ ਧੜੇ ਦੇ ਹੱਕ ਦੇ ਵਿੱਚ ਵੀਡੀਓ ਪਾਈਆਂ ਨੇ, ਇਹ ਕੋਈ ਨਹੀਂ ਹੋਇਆ ਫਲਾਣਾ ਨਹੀਂ ਹੋਇਆ, ਜਾਂ ਤਾਂ ਉਹ ਆਪਣੀਆਂ ਘਰ ਵਾਲੀਆਂ ਨਾਲ ਆਪ ਵੀ ਵੀਡੀਓ ਬਣਾ ਕੇ ਵਾਇਰਲ ਕਰ ਦੇਣ, ਫਿਰ ਉਹਨਾਂ ਨੂੰ ਪਤਾ ਲੱਗੇ। ਇਹਦੇ ਕਰਕੇ ਰਵੀ ਕਵਾਤਰਾ ਜੀ ਇਹੀ ਤੁਹਾਨੂੰ ਬੇਨਤੀ ਕਰਦੇ ਹਾਂ, ਉਹ ਸਾਡੀਆਂ ਧੀਆਂ ਦਾ ਵੀ ਪੱਖ ਰੱਖਿਆ ਜਾਵੇ ਤੇ ਕੋਸ਼ਿਸ਼ ਕਰੋ ਵੀ ਉਹ ਧੀਆਂ ਨੂੰ ਇਨਸਾਫ਼ ਵੀ ਮਿਲੇ, ਕਿਉਂਕਿ ਤੁਹਾਨੂੰ ਦੁਨੀਆ ਦੇਖਦੀ ਆ, ਅਸੀਂ ਤਾਂ ਆਮ ਆ ਬਾਈ ਜੀ। ਹੁਣ ਕਰਨ ਬਾਈ ਜੀ, ਮੈਨੂੰ 7.5 ਸਾਲ ਹੋ ਗਏ ਆਪਣੇ ਪੰਜਾਬ, ਮੈਂ ਨਸਲਾਂ ਦੀ ਗੱਲ ਕਰਦਾ, ਮੈਂ ਆਪਣੇ ਪਿਓ ਪਾਣੀ ਦੀ ਗੱਲ ਕਰਦਾ, ਮੈਂ ਗੱਲ ਕਰਦਾ ਵੀ ਅੱਜ ਹਰ ਘਰ ਦੇ ਵਿੱਚ ਮਰੀਜ਼ ਕਿਉਂ ਪੈਦਾ ਹੋ ਗਿਆ, ਕਿਉਂ ਸਾਡੀ ਨੌਜਵਾਨੀ ਨਮਰਦ ਹੋ ਰਹੀ ਆ, ਕਿਉਂ ਸਿਵਿਆਂ ਦੇ ਰਾਹ ਪੈ ਰਹੀ ਆ, ਜਦ ਹੋਰ ਸਟੇਟਾਂ ਦੇ ਵਿੱਚ ਵੀ ਡੋਡੇ ਹੋ ਸਕਦੇ ਨੇ, ਸਾਡੇ ਪੰਜਾਬ ਦੇ ਕਿਸਾਨਾਂ ਨੂੰ ਕਿਉਂ ਖੇਤੀ ਨਹੀਂ ਮਿਲ ਸਕਦੀ ਹੈਗੀ, ਜਾਂ ਰਾਜਸਥਾਨ ਦੇ ਵਿੱਚ 19,000 ਬੰਦੇ ਦੇ ਡੋਡਿਆਂ ਦੇ ਕਾਰਡ ਬਣੇ ਹੋਏ, ਸਾਡੇ ਲਈ ਤਾਂ ਸਾਰਿਆਂ ਨਾਲੋਂ ਜ਼ਰੂਰੀ ਆ, ਕਿਉਂਕਿ ਲੁੱਟਾਂ ਖੋਹਾਂ ਦਿਨੋਂ ਦਿਨ ਹੀ ਵੱਧ ਰਹੀਆਂ ਨੇ, 5-10 ਮੁੰਡੇ ਰੋਜ਼ ਚਿੱਟੇ ਦੇ ਨਾਲ ਮਰ ਰਹੇ ਨੇ, ਘਰਾਂ ਦੇ ਵਿੱਚ ਬਹਿਣ ਪੈ ਰਹੇ ਨੇ। ਬਾਈ ਜੀ, ਜਦ ਕਿਸੇ ਦਾ ਜਵਾਨ ਪੁੱਤ ਮਰਦਾ ਵਾ, ਉਸ ਮਾਂ ਪੋ ਬਾਪ ਨੂੰ ਪੁੱਛ ਕੇ ਦੇਖੋ, ਜਦ ਉਹਦੇ ਮਰੇ ਪੈ ਤੇ ਗੁਲਾਬੀ ਪੱਗ ਬੰਨ ਕੇ, ਉਹਦੇ ਸਿਹਰਾ ਬੰਨ ਕੇ ਉਹਨੂੰ ਮੜੀਆਂ ਦੇ ਵਿੱਚ ਫੂਕਣ ਲੈ ਕੇ ਜਾਂਦਾ ਵਾ, ਉਹਦੇ ਮਾਂ ਬਾਪ ਦੀ ਜ਼ਿੰਦਗੀ ਇੱਕ ਤਰ੍ਹਾਂ ਦੀ ਨਰਕ ਬਣ ਜਾਂਦੀ ਆ। ਉਹਨੂੰ ਇਹ ਨਹੀਂ ਪਤਾ ਵੀ ਉਹਦੇ ਮਾਂ ਬਾਪ ਨੂੰ ਕੱਲ ਨੂੰ ਹਾਰਟ ਅਟੈਕ ਆ ਜਾਵੇ, ਉਹਦੇ ਮਾਂ ਬਾਪ ਨੂੰ ਪਰਸਨ ਨੂੰ ਹਾਰਟ ਅਟੈਕ ਆ ਜਾਵੇ, ਖੂਨ ਦੇ ਹੰਝੂ ਰੋਂਦਾ ਵਾ। ਇਸ ਮੁੱਦੇ ਨੂੰ ਤਾਂ ਕੋਈ ਚਰਚਾ ਦਾ ਵਿਸ਼ਾ ਨਹੀਂ ਬਣਾਉਂਦਾ। ਹੁਣ ਤੁਹਾਡੇ ਚੰਡੀਗੜ੍ਹ ਦੀ ਨੇਹਾ ਸ਼ੂਰੀ ਜਿਹਨੇ ਕਾਂਗਰਸ ਸਰਕਾਰ ਵੇਲੇ ਕੈਪਟਨ ਅਮਰਿੰਦਰ ਸਿੰਘ, ਬਲਬੀਰ ਸਿੰਘ ਸਿੱਧੂ ਸਿਹਤ ਭਲਾਈ ਮੰਤਰੀ ਸੀਗਾ, ਉਹਦੇ ਵੇਲੇ ਉਹਨੇ 100 ਕਰੋੜ ਦਾ ਨਸ਼ੇ ਛਡਾਊ ਕੇਂਦਰਾਂ ਦਾ ਅਜੀਬ ਤੇ ਰੱਖਣ ਵਾਲੀ ਗੋਲੀ ਦਾ ਘਪਲਾ ਫੜ ਲਿਆ ਸੀਗਾ ਤੇ ਦਫ਼ਤਰ ਦੇ ਵਿੱਚ ਗੋਲੀ ਮਾਰੀ ਸੀਗੀ, ਤੇ ਜਿਹੜੇ ਬੰਦੇ ਨੇ ਗੋਲੀ ਮਾਰੀ ਸੀ 11 ਸਾਲ ਬਾਅਦ ਉਹਦਾ ਚੋਣ ਜ਼ਾਬਤੇ ਦੇ ਵਿੱਚ ਉਹਦਾ ਲਾਇਸੈਂਸ ਬਣਿਆ ਸੀ ਅਸਲੇ ਦਾ, ਇਹਨੂੰ ਬਣਾਵੇ ਮੁੱਦਾ ਚਰਚਾ ਦਾ ਵਿਸ਼ਾ ਵੀ ਕੋਈ ਨੀ। ਅੱਜ ਤਾਂ ਪਟਵਾਰੀ ਮਾੜੇ ਕੁ ਆਪਣੇ ਭ੍ਰਿਸ਼ਟਾਚਾਰੀ ਬੰਦੇ ਨੂੰ ਬਚਾਉਣ ਲਈ ਹੜਤਾਲਾਂ ਕਰਨ ਲੱਗ ਜਾਂਦੇ ਨੇ, ਉਹ ਧੀ ਲਈ ਨੇਹਾ ਸ਼ੂਰੀ ਦਾ ਕੋਈ ਵੀ ਸਟਾਫ ਮੈਂਬਰ, ਕੋਈ ਵੀ ਯੂਨੀਅਨ ਵਾਲਾ, ਕੋਈ ਉਹ ਧੀ ਕਰਕੇ ਧਰਨੇ ਦੇ ਨਹੀਂ ਬੈਠਾ ਹੈਗਾ, ਬਣਾਵੇ ਮੀਡੀਆ ਤੋਂ ਮੁੱਦੇ ਨੂੰ ਚਰਚਾ ਦਾ ਵਿਸ਼ਾ। ਜਿਹੜਾ ਚਰਚਾ ਦਾ ਵਿਸ਼ਾ ਬਣਾਉਣਾ ਚਾਹੀਦਾ ਉਹਨੂੰ ਮੀਡੀਆ ਬਣਾਉਂਦਾ ਨੀ ਹੈਗਾ, ਇਹਨਾਂ ਨੂੰ ਖੱਚਾਂ ਨੂੰ ਵਾਰ ਵਾਰ ਕਰਕੇ। ਹੁਣ ਤੁਸੀਂ ਉਹ ਰਫਤਾਰ ਆਏ ਦੇਖ ਲਓ, ਬੂਟਾ ਸਿੰਘ ਦੇਖ ਲਓ, ਸਾਰੇ ਚੈਨਲਾਂ ਤੇ ਇੱਕ ਦੂਜੇ ਨਾਲ ਵੈਸੇ ਜਾਂਦੇ ਨੇ, ਜਿਹੜੇ ਪੰਜਾਬ ਦੇ ਪਾਣੀ, ਜਿਹੜੀ ਸਾਡੀਆਂ ਨਸਲਾਂ, ਸਭ ਤੋਂ ਵੱਡੀ ਗੱਲ ਜਿਹੜੀ ਪੰਜਾਬੀਆਂ ਲਈ ਸ਼ਰਮ ਵਾਲੀ ਗੱਲ ਵਾ ਵੀ ਸ਼ੇਰਾਂ ਦੀ ਕੌਮ ਪੰਜਾਬਣ ਦੇ ਕੋਖਾਂ ਚ ਯੂਪੀ ਦਾ ਬਿਹਾਰ ਦਾ ਬੀਰਜ ਪਾਇਆ ਜਾ ਰਿਹਾ। ਅਸੀਂ ਇਹ ਤਾਂ ਕਹੀ ਜਾਂਦੇ ਹਾਂ ਵੀ ਭਈਆਂ ਨੇ ਸਾਡੇ ਪੰਜਾਬ ਤੇ ਕਬਜ਼ਾ ਕਰ ਲਿਆ, ਅਸੀਂ ਤਾਂ ਇਹ ਤਾਂ ਕਹੀ ਜਾਂਦੇ ਹਾਂ ਵੀ ਇੱਥੇ ਦੇ ਸਰਪੰਚ ਬਣਨਗੇ, ਮੁੱਖ ਮੰਤਰੀ ਬਣਨਗੇ, ਉਹ ਪਤੰਦਰੋ ਤੁਸੀਂ ਇਹ ਦੇਖੋ ਵੀ ਉਹਨਾਂ ਦਾ ਬੀਰਜ ਵੀ ਸਾਡੀਆਂ ਪੰਜਾਬਣਾਂ ਦੀਆਂ ਕੁੱਖਾਂ ਦੇ ਵਿੱਚ ਪੈਣ ਲੱਗ ਗਿਆ। ਹੈ ਸਾਡੇ ਪੰਜਾਬ ਦੇ ਲੋਕਾਂ ਨੂੰ ਸ਼ਰਮ? ਕਿਉਂਕਿ ਵੀ ਕਰਨ ਵੀਰੇ, ਜਿਸ ਪੰਜਾਬ ਸੂਬੇ ਦੇ ਵਿੱਚ 90% ਲੋਕ ਮੁਰਦਾ ਸੋਚ ਦੇ ਮਾਲਕ ਹੋਣ, 80% ਨੌਜਵਾਨੀ ਫੁਕਰੀ ਹੋਵੇ, ਉਸ ਪੰਜਾਬ ਦਾ ਰੱਬ ਰਾਖਾ ਹੁੰਦਾ, ਹੋਣਾ ਪੰਜਾਬੀ ਪਿੱਛੇ ਕਿੰਨਾ ਰੌਲਾ ਪੈਂਦਾ ਵਾ। ਜੇ ਇਹੀ ਪੰਜਾਬੀ ਪਿੱਛੇ ਤਾਮਿਲ ਦੇ ਤਾਮਿਲਨਾਡੂ ਦੇ ਵਿੱਚ ਇਹੀ ਪੰਜਾਬੀ ਜਿਵੇਂ ਸਾਡੇ ਪੰਜਾਬੀ ਪਿੱਛੇ ਪੈਂਦਾ, ਤਾਮਿਲਨਾਡੂ ਚ ਰੌਲਾ ਪਿਆ ਹੁੰਦਾ, ਕੇਰਲਾ ਚ ਪਿਆ ਹੁੰਦਾ, ਮਹਾਰਾਸ਼ਟਰ ਦਾ ਵਿੱਚ ਪਿਆ ਹੁੰਦਾ, ਅਗਲੇ ਨੇ ਡੰਡਾ ਦੇ ਕੇ ਕੰਮ ਇਹ ਕਰਵਾਉਣਾ ਸੀਗਾ। ਸਾਡੇ ਪੰਜਾਬੀ ਤਾਂ ਇੱਕ ਦੂਜੇ ਦੀਆਂ ਲੱਤਾਂ ਖਿੱਚੀ ਜਾਂਦੇ ਨੇ, ਕਿਉਂ? ਕਿਉਂਕਿ ਪੰਜਾਬ ਹੁਣ ਮੁਰਦਿਆਂ ਦਾ ਪੰਜਾਬ ਬਣ ਕੇ ਰਹਿ ਗਿਆ। ਅਸੀਂ ਤਾਂ ਆਪਣੀ ਮਾਂ ਬੋਲੀ ਲਈ ਵੀ ਇਕੱਠੇ ਨਹੀਂ ਹੋ ਸਕਦੇ, ਹੋਰ ਛੱਡੋ ਤੁਸੀਂ, ਸਾਡੇ ਗੁਰੂ ਨੂੰ ਗਲੀਆਂ ਦੇ ਵਿੱਚ ਰੋਲਿਆ ਗਿਆ, ਸਾਡੇ ਗੁਰੂ ਦੀ ਬੇਅਦਬੀ ਕੀਤੀ ਗਈ, ਅੱਜ ਤੱਕ ਸਾਨੂੰ ਇਨਸਾਫ ਮਿਲਿਆ ਵਾ? ਦੱਸੋ ਮਿਲਿਆ ਵਾ? ਇਹਨੂੰ ਕਿਉਂ ਨੀ, ਇਹ ਮੁੱਦਿਆਂ ਨੂੰ ਕਿਉਂ ਮੀਡੀਆ ਚਰਚਾ ਦਾ ਵਿਸ਼ਾ ਨਹੀਂ ਬਣਾਉਂਦਾ ਹੈਗਾ? ਇਹ ਸਾਰੇ ਸਵਾਲ ਜ਼ਰੂਰ ਨੇ, ਤਾਂ ਬਿਲਕੁਲ ਇਹ ਗੱਲ ਸੋਚਣ ਵਾਲੀ ਹੈ ਕਿ ਜਿਹੜੇ ਅਸਲ ਮੁੱਦੇ ਨੇ ਉਹਨਾਂ ਤੋਂ ਭਟਕ ਜਾਂਦੇ ਨੇ ਲੋਕ, ਤੇ ਸਾਥ ਵੀ ਕਿਹਨਾਂ ਦਾ ਦਿੱਤਾ ਜਾ ਰਿਹਾ ਜੋ ਸ਼ਾਇਦ ਖੁਦ ਦੋਸ਼ੀ ਨੇ, ਜਿਨ੍ਹਾਂ ਦੇ ਉੱਤੇ ਜਾਂਚ ਹੋ ਕੇ ਜ਼ਰੂਰ ਪੜਤਾਲ ਹੋ ਕੇ ਸੱਚ ਸਾਹਮਣੇ ਆਉਣਾ ਚਾਹੀਦਾ, ਕਿਉਂਕਿ ਨਹੀਂ ਤਾਂ ਦੋਸ਼ ਦੋ ਨਿਰਦੋਸ਼ ਕੁੜੀਆਂ ਉੱਤੇ ਮੜਿਆ ਗਿਆ ਹੋ ਸਕਦਾ ਹੈ, ਜੋ ਕਿ ਜਾਂਚ ਅਧੀਨ ਆ ਵਿਸ਼ਾ। ਤਾਂ ਤੁਸੀਂ ਇਹ ਮੁੱਦਾ ਚੁੱਕਿਆ ਤੇ ਉਮੀਦ ਕਰਦੇ ਹਾਂ ਦਰਸ਼ਕਾਂ ਤੱਕ ਗੱਲ ਪਹੁੰਚੇਗੀ, ਤੁਸੀਂ ਵੀ ਜਿਹੜੇ ਲੋਕ ਦੇਖ ਰਹੇ ਨੇ ਕਮੈਂਟ ਸੈਕਸ਼ਨ 'ਚ ਆਪਣੇ ਵਿਚਾਰ ਰੱਖ ਸਕਦੇ ਹੋ। ਬਾਈ ਜੀ ਬਹੁਤ ਧੰਨਵਾਦ, ਸਮਾਂ ਕੱਢਿਆ ਤੁਸੀਂ,
ਤੇ ਇਸ ਮੁੱਦੇ ਨੂੰ ਲੋਕਾਂ ਤੱਕ ਪਹੁੰਚਾਇਆ। ਧੰਨਵਾਦ ਬਈ, ਬਹੁਤ ਬਹੁਤ ਧੰਨਵਾਦ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।